ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਪ੍ਰਧਾਨ ਦੀ ਕਮਾਨ ਨਵੇਂ ਨਿਯੁਕਤ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀਕਨਗੋ ਦੇ ਹੱਥਾਂ ਵਿੱਚ ਸੌਂਪੀ ਹੈ। ਅੱਜ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀਆ ਨੂੰ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਤੇ ਉਨ੍ਹਾਂ ਨੇ ਪਾਰਟੀ ਵਰਕਰਾਂ ਦੇ ਨਾਲ ਜਾ ਕੇ ਗੁਰੂ ਘਰ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਅੱਜ ਅਸੀਂ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਿਤਾ ਦੀ ਰਚਿਤ ਬਾਣੀ ਔਰ ਚੌਥੀ ਪਾਤਸ਼ਾਹੀ ਸਤਿਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਾਂ। ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਦੇ ਨਾਲ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਆ ਔਰ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜੀ ਗੁਰੂਆਂ ਔਰ ਰਹਿਬਰਾਂ ਦੀ ਧਰਤੀ ਆ, ਇੱਕ ਸੰਕਲਪ ਦੀ ਧਰਤੀ ਆ ਕਿ ਮਾਨਸ ਕੀ ਜਾਤੀ ਸਭੈ ਏਕੇ ਪਹਿਚਾਣਵੋ। ਇਸ ਧਰਤੀ 'ਤੇ ਬੈਠ ਕੇ ਗੁਰੂਆਂ ਨੇ ਸੰਕਲਪ ਲਿਆ ਸੀ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿੱਸੇ ਬਾਹਰਾ ਜੀਓ। ਇਸ ਧਰਤੀ 'ਤੇ ਉਸ ਬਾਣੀ ਪ੍ਰਕਾਸ਼ਮਾਨ ਹੈ ਜਿਸ ਬਾਣੀ ਵਿੱਚ ਲਿਖਿਆ ਰਾਜੇ ਸਿੰਘ ਮੁਕੱਦਮ ਕੁੱਤੇ। ਜਿਸ ਬਾਣੀ ਜਿਹੜੀ ਬਾਣੀ ਸਾਨੂੰ ਸੰਕਲਪ ਦਿੰਦੀ ਆ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਮੈਂ ਇਸ ਧਰਤੀ ਦੇ ਉੱਤੇ ਇਸ ਸੰਕਲਪ ਨੂੰ, ਗੁਰੂਆਂ ਦੇ ਅਧੂਰੇ ਰਹਿੰਦੇ ਸੰਕਲਪ ਨੂੰ, ਜਿਸ ਦੇਸ਼ ਦੇ ਅਸੀਂ ਵਾਸੀ ਹਾਂ, ਇੱਥੋਂ ਦੇ ਜਿਹੜੇ ਰਾਜੇ ਆ, ਰਜਵਾੜੇ ਆ, ਜਗੀਰਦਾਰ ਹੈ, ਮੋਤੀ ਮਹਿਲ ਹੈ, ਉਹ ਸ਼ੇਰਾਂ ਬਘਿਆੜਾਂ ਦਾ ਕੰਮ ਕਰਦੇ ਆ, ਪੰਜਾਬ ਦੀ ਜਨਤਾ, ਦੇਸ਼ ਦੀ ਜਨਤਾ ਦਾ ਖੂਨ ਚੂਸਦੇ ਆ, ਔਰ ਜਿਹੜੀ ਇਹਨਾਂ ਸਰਕਾਰਾਂ ਦੀ ਅਫਸਰਸ਼ਾਹੀ ਆ, ਉਹ ਬਾਬੇ ਨਾਨਕ ਦੇ ਫਰਮਾਨ ਦੇ ਅਨੁਸਾਰ ਉਹ ਖੂਨ ਚੂਸਣ ਦਾ ਕੰਮ ਕਰਦੀ ਆ। ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਦੇ ਨਾਲ ਗੁਰੂਆਂ ਦੇ ਸੰਕਲਪ ਨੂੰ ਇੱਕ ਪ੍ਰਣ ਦੀ ਤਰ੍ਹਾਂ ਲੈ ਕੇ ਪੰਜਾਬ ਵਿੱਚ ਚੱਲਣ ਦਾ ਅਹਿਦ ਲੈ ਕੇ ਆਏ ਹਾਂ ਕਿ ਹੇ ਗੁਰੂ ਸਾਹਿਬ, ਤੁਹਾਡਾ ਦੱਸਿਆ ਹੋਇਆ ਸੰਕਲਪ ਨੂੰ ਪੂਰਾ ਕਰਨ ਦੇ ਲਈ ਅਸੀਂ ਜਾਨ ਦੀ ਬਾਜੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਔਰ ਜਿਹੜੇ ਪੰਜਾਬ ਦੇ ਇੰਚਾਰਜ ਆ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਔਰ ਪੰਜਾਬ ਦੇ ਇੰਚਾਰਜ ਰਾਜ ਸਭਾ ਮੈਂਬਰ ਸ਼੍ਰੀ ਰਾਜਾ ਰਾਮ ਜੀ ਜਿਹੜੇ MP ਆ, ਉਹਨਾਂ ਦੇ ਨਿਰਦੇਸ਼ਾਂ ਦੇ ਹੇਠ ਅਸੀਂ ਪੰਜਾਬ ਦੇ ਮੋਤੀ ਮਹਿਲਾਂ ਦੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਕੇ, ਜਿੱਦਾਂ ਉਹਨਾਂ ਨੇ ਬਾਬਰ ਨਾਲ ਆਡਾ ਲਾਇਆ ਸੀ, ਅਸੀਂ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹਾਂ। ਅਸੀਂ ਮੋਤੀ ਮਹਿਲਾਂ ਨਾਲ ਆਡਾ ਲਾ ਕੇ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਗਰੀਬਾਂ ਨੂੰ, ਪੰਜਾਬ ਦੀਆਂ ਝੁੱਗੀਆਂ ਨੂੰ, ਇਹਨਾਂ ਮਹਿਲਾਂ ਨੂੰ ਧੱਕਾ ਮਾਰ ਕੇ ਇਕੱਠੇ ਹੋ ਕੇ ਇਹਨਾਂ ਮਹਿਲਾਂ ਦੀਆਂ ਕੰਧਾਂ ਨੂੰ 2022 ਵਿੱਚ ਢਾਣ ਦਾ ਕੰਮ ਕਰਾਂਗੇ। ਅੱਜ ਅਸੀਂ ਇੱਥੋਂ ਇਹ ਸੰਕਲਪ ਲੈ ਕੇ ਚੱਲੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ, ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ, ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ, ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ।